ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਉਹਦੇ 'ਚ ਸਾਡੇ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਜ਼ਿੰਮੇਵਾਰ ਲੋਕ ਅੱਜ ਜਿਹੜੇ ਸਮਾਜ ਦੀ ਸੇਵਾ ਕਰਦੇ ਆ, ਅਤੇ ਉਹ ਵਪਾਰੀ ਵਰਗ 'ਚੋਂ ਵੀ ਹੈਗੇ ਆ, ਮਜ਼ਦੂਰ ਵਰਗ 'ਚੋਂ ਵੀ ਹੈਗੇ ਆ, ਅੱਜ ਉਹ ਸਾਰੇ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜ ਰਹੇ ਆ। ਸੋ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਸਰ, ਕਿਸ ਤਰ੍ਹਾਂ ਦੇਖਣ ਲੱਗਦਾ ਕਿ ਦਿੱਲੀ ਚੋਣ ਜਿਹੜੀ ਆ ਰਹੀ ਹੈ ਉਸ ਦਾ ਇੱਕ ਲੋਕਾਂ ਨੂੰ ਵੀ ਇੱਕ ਚਾਂਸ ਮਿਲ ਰਿਹਾ ਦੁਬਾਰਾ ਨਵੇਂ ਤੌਰ 'ਤੇ ਉਮੀਦਵਾਰ ਚੁਣ ਕੇ? ਜਿਹੜੀ ਆ ਜ਼ਿਮਨੀ ਚੋਣ ਹੈਗੀ ਹੈ, ਇਹ ਤੋਂ ਪਹਿਲਾਂ ਹੁਣੇ ਪੰਜਾਬ 'ਚ ਸਰਪੰਚੀ ਪੰਚਾਇਤਾਂ ਦੀ ਚੋਣਾਂ ਚੱਲ ਰਹੀਆਂ। ਤੁਸੀਂ ਸਾਰੇ ਇੱਥੇ ਜ਼ਿੰਮੇਵਾਰ ਪ੍ਰੈਸ ਦੇ ਸੱਜਣ ਇਕੱਤਰ ਹੋਏ ਹੋ। ਇੱਕ ਪਾਸੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੈਗੇ ਆ, ਜਿਨ੍ਹਾਂ ਦੀ ਸਰਕਾਰ ਹੈਗੀ ਹੈ, ਇਹ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਨੂੰ ਇਹ ਰੀਲਾਂ ਬਣਾਉਂਦੇ ਨੇ ਆਪਣੇ ਫੋਨਾਂ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ, ਕਦੀ ਫੋਟੋਆਂ ਨੂੰ ਚੁੰਮਣ ਲੱਗਦੇ ਹੈ। ਤੁਸੀਂ ਦੇਖਿਆ ਹੋਣਾ ਇੱਕ ਅੰਮ੍ਰਿਤਸਰ ਦਾ ਇਹਨਾਂ ਦਾ MP ਹੈਗਾ, MP ਹੈ, ਮੰਤਰੀ ਹੈ, ਪਤਾ ਨਹੀਂ ਕੀ ਹੈ, ਉਹ ਰੀਲਾਂ ਪਾ ਪਾ ਕੇ ਕਦੀ ਫੋਟੋਆਂ ਨੂੰ ਮੱਥਾ ਟੇਕ ਰਿਹਾ, ਕਦੀ ਕੁਛ ਕਰ ਰਿਹਾ। ਪਰ ਜੋ ਇਹਨਾਂ ਨੇ ਚੋਣ ਪ੍ਰਕਿਰਿਆ ਦੀ ਧੱਜੀਆਂ ਉਡਾਈਆਂ ਹੋਈਆਂ ਪੂਰੇ ਪੰਜਾਬ 'ਚ, ਉਹ ਹੱਸਣਯੋਗ ਹੀ ਨਹੀਂ, ਉਹ ਇੰਨੀ ਨਿੰਦਣਯੋਗ ਹੈਗੀ ਆ। ਅੱਜ ਅਸੀਂ ਕਈ ਪਿੰਡਾਂ ਦਾ ਦੌਰਾ ਕਰਕੇ ਆਏ ਹਾਂ, ਗਰੀਬ ਪਰਿਵਾਰਾਂ 'ਚੋਂ ਲੋਕ ਉੱਠ ਕੇ ਜਮਹੂਰੀਅਤ ਦੇ ਢਾਂਚੇ 'ਚ ਸ਼ਾਮਲ ਹੋਣ ਵਾਸਤੇ, ਪੰਚਾਇਤੀ ਚੋਣਾਂ ਲੜਨ ਵਾਸਤੇ ਆਪਣੇ ਕਾਗਜ਼ ਪੂਰੇ ਕਰਕੇ ਉਹਨਾਂ ਨੇ ਦਰਜ ਕਰਵਾਏ ਸੀਗੇ। ਜਿਹੜੇ ਚੋਣਾਂ ਦੇ ਪੰਚਾਇਤੀ ਚੋਣਾਂ 'ਚ ਦੇ ਰਿਟਰਨਿੰਗ ਆਫਿਸਰਸ ਹੈਗੇ ਆ, ਉਹਨਾਂ ਨੇ ਬਗੈਰ ਉਹਨਾਂ ਨੂੰ ਦੱਸੇ ਉਹਨਾਂ ਦੇ ਕਾਗਜ਼ ਰੱਦ ਕਰਤੇ ਆ। ਜਿਹੜਾ ਇਹ ਰਵੱਈਆ ਅਪਣਾ ਰਹੇ ਆ ਉਹ ਕੀ ਕਰ ਰਹੇ ਆ, ਜਿਨ੍ਹਾਂ ਦੇ 60-60, 70-70 ਸਾਲ ਪੁਰਾਣੇ ਮਕਾਨ ਹੈਗੇ ਆ, ਉਹ ਕਹਿੰਦੇ ਆ ਕਿ ਤੁਹਾਡੇ ਮਕਾਨ ਪੰਚਾਇਤੀ ਜ਼ਮੀਨ 'ਤੇ ਬਣੇ ਹੋਏ ਆ, ਅਤੇ ਕਾਨੂੰਨ ਕਹਿੰਦਾ ਕਿ ਜਿੱਥੇ ਤੁਹਾਡਾ 50 ਸਾਲਾਂ ਤੋਂ ਵੱਧ ਕਬਜ਼ਾ ਹੈਗਾ ਉਹ ਜ਼ਮੀਨ ਨਿੱਜੀ ਤੌਰ 'ਤੇ, ਕਾਨੂੰਨ ਤੌਰ 'ਤੇ ਤੁਹਾਡੀ ਆਪਣੀ ਬਣ ਜਾਂਦੀ ਆ। ਸੋ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਪੰਚਾਇਤੀ ਕਾਗਜ਼ ਰੱਦ ਕੀਤੇ ਜਾ ਰਹੇ ਆ। ਇਹਨਾਂ ਦੇ ਦੋ ਕੌੜੀਆਂ ਦੇ ਨਿਕੰਮੇ OSD ਵਰਗੇ ਬੰਦੇ ਸੋਸ਼ਲ ਮੀਡੀਏ 'ਤੇ, ਮੀਡੀਏ 'ਤੇ ਆਪਣੇ ਆਪ ਨੂੰ ਹਾਈਲਾਈਟ ਕਰਨ 'ਤੇ ਲੱਗੇ ਹੋਏ ਆ ਕਿ ਜੀ ਅਸੀਂ ਸਰਬਸੰਮਤੀ ਨਾਲ ਚੋਣ ਜਿੱਤ ਗਏ। ਹਾਲਾਂਕਿ ਸਰਬਸੰਮਤੀ ਨਾਲ ਉਸ ਪਿੰਡ ਦੇ 10 ਨਿਕੰਮਿਆਂ ਤੋਂ ਇਲਾਵਾ ਇੱਕ ਵੀ ਸਿਆਣੇ ਬੰਦੇ ਨੇ ਆਖਿਆ ਨਹੀਂ ਕਿ ਇਹਨੂੰ ਅਸੀਂ, OSD ਨੂੰ ਅਸੀਂ ਪਿੰਡ ਦਾ ਸਰਪੰਚ ਮੰਨਦੇ ਹਾਂ। ਸੋ ਜਿਹੜੀ ਲੋਕਤੰਤਰ ਦੀਆਂ ਜੜ੍ਹਾਂ ਹੁੰਦੀ ਹੈ ਉਹ ਪੰਚਾਇਤਾਂ ਤੋਂ ਸ਼ੁਰੂ ਹੁੰਦੀ ਹੈ। ਪਾਰਲੀਮੈਂਟਰੀ ਢਾਂਚਾ ਇਸ ਮੁਲਕ ਦਾ ਪੰਚਾਇਤਾਂ ਤੋਂ ਸ਼ੁਰੂ ਹੁੰਦਾ, ਅਤੇ ਇਸ ਮੁਲਕ ਦੇ ਉਸ ਜਮਹੂਰੀਅਤ ਦੇ ਢਾਂਚੇ ਦੀ ਧੱਜੀਆਂ ਉਡਾਈ ਜਾ ਰਹੀ ਹੈ। ਕੋਈ ਬੋਲ ਨਹੀਂ ਰਿਹਾ, ਸੜਕਾਂ 'ਤੇ ਕਲੈਸ਼ ਹੋ ਰਹੇ ਹੈ, ਅਤੇ ਇਹ ਚੁੱਪ ਚੁਪੀਤੇ ਆਪਦੇ ਗੈਰ ਕਾਨੂੰਨੀ ਤਰੀਕੇ ਨਾਲ OSDਾਂ ਨੂੰ ਇਹ ਪੰਚਾਇਤ ਘੋਸ਼ਿਤ ਕਰੀ ਜਾ ਰਹੀ ਹੈ। ਸੋ ਇਹ ਬਹੁਤ ਮਾੜਾ ਮਾਹੌਲ ਹੈ, ਅਤੇ ਹੁਣ ਅਸੀਂ ਹਾਈਕੋਰਟ 'ਚ ਵੱਖ ਵੱਖ ਪਿੰਡਾਂ ਦੀ ਰਿਟਸ ਪਾਉਣ ਲੱਗੇ ਹੈ। ਜਿਹੜੇ ਲੋਕਾਂ ਨਾਲ, ਜਿਨ੍ਹਾਂ ਨੇ ਪੰਚਾਇਤੀ ਪੇਪਰ ਭਰੇ ਸੀਗੇ, ਧੱਕਾ ਹੋਇਆ, ਉਹ ਸਾਡੀ ਪਾਰਟੀ ਨਾਲ ਸੰਪਰਕ ਕਰਨ। ਅਸੀਂ ਬਹੁਤ ਸ਼ਹੀਦ ਵਕੀਲਾਂ ਦਾ ਪੈਨਲ ਬਣਾ ਕੇ ਹਾਈਕੋਰਟ 'ਚ ਪੰਜਾਬ ਸਰਕਾਰ ਦੇ ਖਿਲਾਫ, ਚੋਣ ਪ੍ਰਕਿਰਿਆ ਦੇ ਖਿਲਾਫ, ਵੱਖ ਵੱਖ ਜ਼ਿਲ੍ਹਿਆਂ ਦੇ DCਾਂ ਦੇ ਖਿਲਾਫ, ਖਾਸ ਕਰ ਸੰਗਰੂਰ ਦੇ DC ਦੇ ਖਿਲਾਫ, ਜਿਹੜਾ ਇੱਕ ਤਹਿਸੀਲਦਾਰ ਤੋਂ DC ਬਣਿਆ, ਅਤੇ ਮੈਂ ਸਮਝਦਾ ਉਹਨਾਂ ਨੂੰ ਕਾਨੂੰਨ ਦਾ
ਕੋਈ ਆਈਡੀਆ ਨਹੀਂ ਹੈਗਾ, ਪਰ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਣਾ। ਦੂਜੀ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇਹ ਸਰਕਾਰ ਜਦੋਂ ਬਣੀ ਸੀਗੀ ਇਹ ਕਹਿੰਦੀ ਸੀਗੀ ਕਿ ਅਸੀਂ ਉਸ ਵਰਗ ਦੀ ਨੁਮਾਇੰਦਗੀ ਕਰਾਂਗੇ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਕਦੀ ਪੁੱਛਿਆ ਨਹੀਂ ਹੈਗਾ। ਹੁਣੇ ਕੁਛ ਹੀ ਦਿਨ ਪਹਿਲਾਂ ਅਸੀਂ ਪੱਲੇਦਾਰ ਯੂਨੀਅਨ ਦੇ ਮਜ਼ਦੂਰਾਂ ਨੂੰ ਮਿਲ ਕੇ ਆਏ ਹਾਂ, ਅਤੇ ਜਿਹੜੇ ਪੱਲੇਦਾਰੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ, ਉਹ ਜਿੰਨੀ ਅਨਾਜ ਮੰਡੀਆਂ 'ਚ ਇਕੱਠੀ ਹੁੰਦੀ ਹੈ ਉਹ ਸਾਰਾ ਅਨਾਜ ਉਹ ਬੋਰੀਆਂ 'ਚ ਭਰ ਕੇ ਟਰੱਕਾਂ 'ਚ ਲੱਦ ਕੇ FCI ਦੇ ਗੋਦਾਮਾਂ ਤੱਕ ਪਹੁੰਚ ਉਸ ਅਨਾਜ ਦੀ ਕਰਦੇ ਆ। ਹੁਣ ਇਹ ਜਿਹੜੇ ਪੱਲੇਦਾਰ ਮਜ਼ਦੂਰ ਹੈਗੇ ਆ ਇਹਨਾਂ ਦੇ ਉੱਤੇ ਠੇਕੇਦਾਰ ਹੁੰਦੇ ਆ। ਤੁਸੀਂ ਸਾਰੇ ਅਵੇਅਰ ਸਿਟੀਜ਼ਨਸ ਹੋ, ਤੁਸੀਂ ਪ੍ਰੈਸ ਹੋ, ਐਤਕੀ ਇਹ ਸਰਕਾਰ 'ਚ ਪਹਿਲੀ ਵਾਰੀ ਹੋਇਆ ਕਿ ਜਿੰਨੇ ਪੱਲੇਦਾਰ ਮੁਲਾਜ਼ਮ ਨੇ, ਜਿੰਨੇ ਪੱਲੇਦਾਰ ਯੂਨੀਅਨ ਦੇ ਕਰਮਚਾਰੀ ਹੈਗੇ ਉਹਨਾਂ 'ਤੇ ਠੇਕੇਦਾਰ ਬਾਹਰਲੇ ਸੂਬਿਆਂ ਦੇ ਠੇਕੇਦਾਰ ਆ ਇੱਥੇ ਲਾਤੇ ਹੈਗੇ ਆ। ਸੋ ਕਈ ਪੱਲੇਦਾਰ ਠੇਕੇਦਾਰ ਹਿਮਾਚਲ ਕਾਂਗੜਾ ਦੇ ਹੈਗੇ ਆ, ਕਈ ਵੱਖ ਵੱਖ ਜ਼ਿਲ੍ਹਿਆਂ ਦੇ ਬੰਗੇ ਨਵੇਂ ਸ਼ਹਿਰ ਦੇ ਹੈਗੇ ਆ, ਜਿਹੜੇ ਇੱਥੇ ਸਾਡੇ ਪੱਲੇਦਾਰ ਮਜ਼ਦੂਰ ਹੈਗੇ ਆ ਉਹ ਲੱਭਦੇ ਨੇ ਕਿ ਸਾਡਾ ਠੇਕੇਦਾਰ ਕੌਣ ਹੈ। ਹੁਣ ਫਰਜ਼ ਕਰੋ ਮੈਂ ਅਤੇ ਅਸੀਂ ਸਾਰੇ ਪੱਲੇਦਾਰੀ ਕਰਦੇ ਹਾਂ, ਤੁਸੀਂ ਸਾਡੇ ਠੇਕੇਦਾਰ ਹੋ ਜ਼ਿਲ੍ਹੇ ਦੇ, ਸਾਨੂੰ ਪਤਾ ਹੋਣਾ ਕਿ ਬਈ ਆਹ ਸਾਡੇ ਠੇਕੇਦਾਰ ਹੈ, ਕੱਲ੍ਹ ਜੇ ਸਰਕਾਰ ਰਾਹੀਂ ਸਾਡੀ ਕਿਰਤ ਕਮਾਈ ਦੀ ਕੋਈ ਵਾਧਾ ਹੁੰਦਾ, ਸਾਡੀ ਪੱਲੇਦਾਰੀ ਮਜ਼ਦੂਰੀ 'ਚ ਕੋਈ ਸਰਕਾਰ ਵਾਧਾ ਕਰਦੀ ਹੈ ਤਾਂ ਅਸੀਂ ਠੇਕੇਦਾਰ ਸਾਹਿਬ ਕੋਲੇ ਜਾਵਾਂਗੇ ਕਿ ਠੇਕੇਦਾਰ ਸਾਹਿਬ ਆਹ ਜਿਹੜਾ ਸਰਕਾਰ ਨੇ ਵਾਧਾ ਕੀਤਾ ਇਹ ਪੈਸਾ ਸਾਨੂੰ ਮੁਹੱਈਆ ਕਰਾਓ। ਸਰਕਾਰ ਨੇ 25 ਰੁਪਈਏ ਤੋਂ ਸੈਂਟਰ ਦੀ ਸਰਕਾਰ ਨੇ ਵਾਧਾ ਕਰਤਾ, ਤੇ ਮੈਨੂੰ ਪਤਾ ਲੱਗਿਆ ਕਿ ਇੱਥੇ ਦੇ ਮੰਤਰੀ ਮੀਤ ਹੇੜ ਤੇ ਦੂਜੇ ਦੋ ਜਿਹੜੇ ਨਿਕੰਮੇ ਹੋਰ ਤੁਸੀਂ ਚੁਣ ਕੇ ਭੇਜੇ ਆ ਲਾਭ ਉਗੋ ਕੇ ਤੇ ਤੀਜਾ ਪੰਡੋਰੀ, ਇਹਨਾਂ ਨੇ ਪੱਲੇਦਾਰ ਮਜ਼ਦੂਰਾਂ ਦੇ ਵੀ ਹੱਕ ਖੋਣ ਵਾਸਤੇ ਕਰਪਸ਼ਨ ਕੀਤੀ ਆ। ਇਹਨਾਂ ਨੇ 68 ਰੁਪਈਆ ਆਪ ਦੇ ਕੋਲ ਰੱਖਿਆ ਤੇ 58 ਰੁਪਈਆ ਪੱਲੇਦਾਰੀ ਨੂੰ ਦਿੱਤਾ। ਹੁਣ ਇਹ ਤੋਂ ਸ਼ਰਮਨਾਕ ਚੀਜ਼ ਕੀ ਹੋ ਸਕਦੀ ਹੈ, ਜਿਹੜਾ ਸਮਾਜ ਦਾ ਸਭ ਤੋਂ ਜ਼ਿਆਦਾ ਗਰੀਬ ਵਰਗ ਹੋਵੇ, ਜਿਹਦੀ ਕਮਾਈ ਦਾ ਕੋਈ ਸਾਧਨ ਨਾ ਹੋਵੇ, ਜਦੋਂ ਆਪਾਂ ਉਹਨਾਂ ਨੂੰ ਮਿਲ ਕੇ ਆਏ ਉਹ ਕਹਿੰਦੇ ਕਿ ਗੋਬਿੰਦ ਸਿੰਘ ਜਿਵੇਂ ਤੁਸੀਂ ਵੱਡੇ ਖਾਨਦਾਨ ਦੇ ਹੈਗੇ ਹੋ, ਤੁਹਾਡੀਆਂ ਫੈਕਟਰੀਆਂ ਹੈਗੀਆਂ, ਤੁਹਾਡੀਆਂ ਜ਼ਮੀਨ ਜਾਇਦਾਦਾਂ ਹੈਗੀਆਂ, ਸਾਡਾ ਕੁਛ ਵੀ ਨਹੀਂ ਹੈਗਾ, ਸਾਡਾ ਇਕੱਲਾ ਸਰੀਰ ਹੈ, ਸਾਡੀ ਸਰੀਰ ਸਾਡੀ ਫੈਕਟਰੀ ਆ, ਜਦੋਂ ਤੱਕ ਸਰੀਰ ਕੰਮ ਕਰੂਗਾ, ਜਦੋਂ ਤੱਕ ਇਹ ਸਰੀਰ ਨੂੰ ਕੰਮ ਮਿਲਣਾ ਅਸੀਂ ਆਪਦੇ ਬੱਚਿਆਂ ਦੇ ਢਿੱਡ ਭਰ ਸਕਾਂਗੇ, ਜਿਸ ਦਿਨ ਸਰੀਰ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਅਸੀਂ ਰੁਲ ਜਾਵਾਂਗੇ। ਆਪਾਂ ਪਿਛਲੇ 9 ਮਹੀਨੇ ਤੋਂ ਰੁਲਦੇ ਫਿਰਦੇ ਹਾਂ ਕਿਉਂਕਿ ਠੇਕੇਦਾਰਾਂ ਨੂੰ ਫੜਾਤੇ ਆ, ਇੱਥੇ ਪੱਲੇਦਾਰ ਮਜ਼ਦੂਰਾਂ ਤੇ ਠੇਕੇਦਾਰਾਂ ਨੂੰ ਲੱਭੀ ਫਿਰਦਾ ਹੈ। ਉਹ ਠੇਕੇਦਾਰ ਯੂਪੀ ਬਿਹਾਰ ਦੀ ਲੇਬਰ ਸਾਰੀ ਇੱਥੇ ਲਿਆ ਕੇ ਪੱਲੇਦਾਰੀ ਮਜ਼ਦੂਰੀ ਦਾ ਕੰਮ ਕਰਵਾਈ ਜਾਂਦਾ, ਇੱਥੇ ਸਾਡੇ ਸਾਰੇ ਪੱਲੇਦਾਰ ਮਜ਼ਦੂਰ ਵਿਹਲੇ ਕਰਤੇ ਹੈ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ, ਮੈਂ ਤਾਂ ਇੱਥੇ ਦੇ ਮੰਤਰੀਆਂ ਨੂੰ ਨਿਕੰਮਿਆਂ ਨੂੰ ਕਹਿਣਾ ਚਾਹੁੰਦਾ, ਖਾਸ ਕਰ ਇਹਨਾਂ ਦੀਆਂ ਬੀਬੀਆਂ ਨੂੰ ਕਹਿਣਾ ਚਾਹੁੰਦਾ ਕਿ ਬੱਚੇ ਨਾ ਤੁਸੀਂ ਜੰਮ ਲਿਓ, ਹੱਥ ਤੁਹਾਡਾ ਜਿੱਥੋਂ ਲੱਤ ਨਿਕਲਦੀ ਆ ਉੱਥੋਂ ਹੱਥ ਨਿਕਲਣੇ ਆ ਬੱਚਿਆਂ ਦੇ, ਜਿੱਥੇ ਕੰਨ ਨਿਕਲਦਾ ਉੱਥੋਂ ਅੰਗੂਠੇ ਨਿਕਲਣੇ ਆ, ਇੰਨਾ ਮਾੜਾ ਹਾਲ ਤੁਹਾਡੀਆਂ ਪੁਸ਼ਤਾਂ ਦਾ ਹੋਣਾ
ਕਿਉਂਕਿ ਇਹ ਸ਼ਰਮਨਾਕ ਚੀਜ਼ ਹੈ। ਮੈਂ ਸਮਝਦਾ ਕਿ ਇੱਥੇ ਤੱਕ ਸਾਡੀ ਸਿਆਸਤ ਨਹੀਂ ਡਿੱਗਣੀ ਚਾਹੀਦੀ, ਇਹ ਬਹੁਤ ਵੱਡੀ ਤਰਾਸਦਗੀ ਹੈ। ਮੈਂ ਆਸ ਕਰਦਾ ਕਿ ਤੁਸੀਂ ਇਹਨੂੰ ਆਪਣੇ ਚੈਨਲਾਂ 'ਤੇ ਚਲਾਓਗੇ। ਤੀਜੀ, ਤੁਹਾਨੂੰ ਪਤਾ ਹੋਣਾ ਕਿ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਆਯੁਸ਼ਮਾਨ ਭਾਰਤ ਸਕੀਮ ਹੈ ਜਿਹਦੇ ਰਾਹੀਂ ਗਰੀਬ ਲੋਕ ਆਪਦਾ ਇਲਾਜ ਕਰਦੇ। ਕੋਟਾ ਸੈਂਟਰ ਦੇ ਮਹਿਕਮੇ ਤੋਂ ਤੈਅ ਹੁੰਦਾ ਕਿ ਕਿਹੜੇ ਗਰੀਬ ਪਰਿਵਾਰ ਨੂੰ ਕਿੰਨੀ ਆਰਥਿਕ ਸਹਾਇਤਾ ਮਿਲਣੀ ਹੈ ਆਪਦੇ ਇਲਾਜ ਖਾਤਰ। ਹਾਈਕੋਰਟ ਨੇ, ਕਿਉਂਕਿ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨੇ ਆਯੁਸ਼ਮਾਨ ਸਕੀਮ ਦਾ ਪੈਸਾ ਜ਼ਿਲ੍ਹਿਆਂ ਦੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਤੱਕ ਪਹੁੰਚਦਾ ਹੀ ਨਹੀਂ ਕੀਤਾ, ਹਾਈਕੋਰਟ ਨੇ ਇਹਨਾਂ ਨੂੰ ਇਹੋ ਜਿਹਾ ਰਗੜਿਆ। ਇਹਨਾਂ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ, ਜਾਂ ਕਿ ਕਿਤੇ ਇਹ ਫਾਹ ਲੈ ਲੈਣ ਜੇ ਇਹਨਾਂ 'ਚ 2% ਦੀ ਕੋਈ ਸ਼ਰਮ ਹੈਗੀ ਆ। ਹਾਈਕੋਰਟ ਨੇ ਆਖਿਆ ਕਿ ਸਿਹਤ ਮਹਿਕਮੇ ਦੇ ਇਕੱਲੇ ਇਕੱਲੇ ਅਧਿਕਾਰੀ ਨੇ, IAS ਅਫਸਰਾਂ ਨੇ, PCS ਅਫਸਰਾਂ ਨੇ ਆਪ ਦੀਆਂ ਸਾਰੀਆਂ ਤਨਖਾਹਾਂ ਹੁਣ ਆਯੁਸ਼ਮਾਨ ਸਕੀਮ ਨੂੰ ਸਮਰਪਿਤ ਕਰਨੀ। ਕੋਈ ਆਪ ਦੀ ਤਨਖਾਹ ਆਪ ਦੇ ਬੈਂਕ ਖਾਤੇ 'ਚ ਨਹੀਂ ਲੈ ਸਕਦਾ। ਤੁਸੀਂ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਨਹੀਂ ਭੇਜਿਆ ਅਤੇ ਲਓ ਹੁਣ ਤੁਸੀਂ ਆਪ ਦੀ ਜੇਬ 'ਚੋਂ ਪਾਓਗੇ। ਇੰਨੀ ਬੇਇੱਜ਼ਤੀ ਇੱਕ ਮਹਿਕਮੇ ਦੀ ਮੇਰੇ ਖਿਆਲ ਆਜ਼ਾਦੀ ਤੋਂ ਬਾਅਦ ਇਤਿਹਾਸ 'ਚ ਨਹੀਂ ਹੋਈ ਹੋ ਸਕਦੀ। ਜੇ ਫਿਰ ਵੀ ਨਹੀਂ ਜਾਗਦੇ, ਫਿਰ ਹੌਲੀ ਹੌਲੀ ਜਿਵੇਂ ਤੁਹਾਡੇ ਰੈਸ਼ਨ ਕਾਰਡ ਕੱਟੇ ਗਏ ਹੈ, ਤੁਹਾਡਾ ਜਿਹੜਾ ਰਾਸ਼ਨ ਘਰ ਆਉਂਦਾ ਸੀਗਾ ਉਹ ਰੁੱਕ ਗਿਆ, ਆਯੁਸ਼ਮਾਨ ਕਾਰਡ ਵੀ ਕੱਟੇ ਜਾਣਗੇ। ਇਹ ਬਹੁਤ ਵੱਡੀ ਸਮੱਸਿਆ ਹੈਗੀ ਹੈ ਅਤੇ ਇਹ ਮੈਂ ਸਮਝਦਾ ਸੀਗਾ ਤੁਹਾਡੇ ਅੱਗੇ ਅਸੀਂ ਜਗ ਜ਼ਾਹਿਰ ਕਰੀਏ। ਇੱਕ ਅੱਜ ਅਸੀਂ ਬਰਨਾਲੇ ਜ਼ਿਲ੍ਹੇ ਦੇ ਮੁਲਾਜ਼ਮ ਵਿੰਗ ਦੇ ਸਾਡੇ ਪ੍ਰਧਾਨ ਜੀ ਦੀ ਨਿਯੁਕਤੀ ਵੀ ਕਰਨੀ ਹੈ। ਮੁਲਾਜ਼ਮਾਂ ਦੀ ਜੇ ਗੱਲ ਕੀਤੀ ਜਾਵੇ, ਇਹ ਸਰਕਾਰ ਨੇ ਸੌਂਹ ਖਾਧੀ ਸੀਗੀ, ਮੈਂ ਤੁਹਾਨੂੰ ਅਗਲੀ ਵਾਰ ਸਾਰੇ ਸਬੂਤ ਵੀ ਦੇ ਦਾਂਗਾ ਕਿ ਸਰਕਾਰ ਬਣਦੇ ਹੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ 2004 ਦੀ ਹੈਗੀ ਹੈ ਉਹ ਸਕੀਮ ਆਪਾਂ ਲਾਗੂ ਕਰ ਦਾਂਗੇ। ਇੱਕ ਇਹ ਵੀ ਵਾਅਦਾ ਕੀਤਾ ਸੀਗਾ ਕਿ ਜਿੰਨੇ DA ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਰੋਕੇ ਗਏ ਹੈ ਉਹ ਵੀ ਅਸੀਂ ਪੂਰੀ ਕਰਾਂਗੇ। ਪੂਰੀ ਤਾਂ ਕੀ ਕਰਨੀ ਸੀਗੀ, 4 DA ਇਕੱਠੀਆਂ ਹੋ ਗਈਆਂ ਅਤੇ ਕੋਈ DA ਸਰਕਾਰੀ ਮੁਲਾਜ਼ਮ ਨੇ ਨਹੀਂ ਪੂਰੀ ਕੀਤੀ। ਹਰ ਸਾਲ 1200 ਤੋਂ 1500 ਮੁਲਾਜ਼ਮ ਰਿਟਾਇਰ ਹੁੰਦਾ ਹਰ ਸਾਲ, ਅਤੇ ਇਹਨਾਂ ਮੁਲਾਜ਼ਮਾਂ ਵਿੱਚੋਂ 250-250 ਮੁਲਾਜ਼ਮ ਉਸ ਉਮਰ 'ਚ ਬਜ਼ੁਰਗੀ 'ਚ ਪਾਲਦਾ ਕਿ ਕਿਤੇ ਨਾ ਕਿਤੇ ਮੇਰੀਆਂ ਪੈਨਸ਼ਨਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ, ਮੈਂ ਆਪ 'ਤੇ ਕੈਂਸਰ ਦੇ ਇਲਾਜ ਕਰਾ ਦਾਂਗਾ, ਗੁਰਦਿਆਂ ਦੇ ਇਲਾਜ ਕਰਾ ਦਾਂਗਾ, ਸ਼ੂਗਰ ਦੇ ਇਲਾਜ ਕਰਾ ਦਾਂਗਾ। ਪਰ ਤੁਸੀਂ ਦੇਖੋ ਕਿ ਉਹ ਵਿਚਾਰੇ 250-300 ਮੁਲਾਜ਼ਮ ਹਰ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹੈ, ਅਤੇ ਤੁਹਾਡੇ ਮੁੱਖ ਮੰਤਰੀ ਅਤੇ ਇੱਥੇ ਦੇ ਸਾਰੇ ਨਿਕੰਮਿਆਂ ਦਾ ਟੱਬਰ, ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ, ਇਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਕਿ ਸਾਡੀਆਂ ਨੀਤੀਆਂ ਕਰਕੇ, ਸਾਡੀ ਗੈਰ ਜ਼ਿੰਮੇਵਾਰੀ ਕਰਕੇ, ਸਾਡੇ ਕੰਮ ਨਾ ਜਾਣਨ ਕਰਕੇ ਲੋਕ ਮਰੀ ਜਾ ਰਹੇ ਹੈ ਅਤੇ ਸਾਡੇ ਕੋਲ ਕੋਈ ਜਵਾਬ ਨਹੀਂ ਹੈਗਾ। ਸੋ ਇਹ ਸਾਰੀਆਂ ਮੇਨ ਸਾਡੀਆਂ ਅੱਜ ਦੀਆਂ ਗੱਲਾਂ ਸੀਗੀਆਂ, ਅਤੇ ਮੈਂ ਆਸ ਕਰਦਾ ਕਿ ਇਹ ਸਰਕਾਰ ਲੋਟ ਆਊਗੀ। ਜੇ ਨਹੀਂ ਆਉਂਦੀ, ਹੁਣੇ ਤਾਂ ਤੁਸੀਂ ਅਫਸਰਾਂ ਨੂੰ ਵਰਤ ਕੇ
ਡੀਸੀਆਂ ਨੂੰ ਵਰਤ ਕੇ, ਹੁਣ ਘਰਾਚੋਂ ਪਿੰਡ ਹੈ, ਘਰਾਚੋਂ ਪਿੰਡ 'ਚ ਇਹ ਕਨਗੋ ਨੂੰ ਕਹਿੰਦੇ ਕਿ ਦੂਜਿਆਂ ਦੇ ਜਾ ਕੇ ਕਾਗਜ਼ ਰੱਦ ਕਰਕੇ ਆ ਜਾਓ, ਤੇ ਕਹਿੰਦੇ ਕਿ ਮਿੰਤੀ ਜਾ ਕੇ ਕਰਕੇ ਆ ਜਾਓ ਦੂਜਿਆਂ ਦੇ ਘਰਾਂ ਦੀ, ਤੇ ਲਿਖ ਦਿਓ ਪੰਚਾਇਤੀ ਜ਼ਮੀਨ ਤੇ ਉਹਨਾਂ ਦੇ ਘਰ ਹੈਗੇ ਆ, ਜਿਹੜੇ ਓਐਸਡੀ ਦੇ ਵਿਰੁੱਧ ਖੜੇ ਸੀ। ਉਸ ਕਨਗੋ ਸਾਹਿਬ ਨੇ, ਅਣਖੀ ਬੰਦਾ ਸੀਗਾ, ਉਹਨੂੰ ਉੱਪਰ ਵਾਲੇ ਦਾ ਡਰ ਸੀਗਾ, ਉਹਨਾਂ ਨੇ ਛੁੱਟੀ ਲੈ ਲਈ, ਕਹਿੰਦਾ ਮੈਂ ਕੰਮ ਨਹੀਂ ਕਰਨਾ। ਫਿਰ ਇਹਨਾਂ ਨੇ ਇਹੀ ਕੰਮ ਕਿਸੇ ਹੋਰ ਮੁਲਾਜ਼ਮ ਤੋਂ ਕਰਾ ਲਿਆ। ਅਸੀਂ ਇਹਨਾਂ ਨੂੰ ਚੁਣੌਤੀ ਦਿੰਦੇ ਹਾਂ ਕਿ ਤੁਸੀਂ ਮੁਲਾਜ਼ਮਾਂ ਦੀ ਵਰਤੋਂ ਨਾ ਕਰੋ, ਕਿਉਂਕਿ ਤੁਸੀਂ ਕਰ ਵੀ ਗੈਰ ਕਾਨੂੰਨੀ ਕੰਮ ਰਹੇ ਹੋ। ਤੁਸੀਂ ਕਨਗੋਜ਼ ਦੀ ਵਰਤੋਂ ਨਾ ਕਰੋ, ਡੀਸੀਆਂ ਦੀ ਨਾ ਕਰੋ, ਤੁਸੀਂ ਪੁਲਿਸ ਪ੍ਰਸ਼ਾਸਨ ਦੀ ਨਾ ਕਰੋ। ਜੇ ਤਾਂ ਤੁਸੀਂ ਆਪਦੀ ਮਾਂ ਦਾ ਦੁੱਧ ਚੁੰਮਿਆ ਤੇ ਫਿਰ ਤੁਸੀਂ ਸੜਕਾਂ ਤੇ ਆਓ, ਤੇ ਜਿਹੜੇ ਲੋਕ ਤੁਹਾਡੇ ਖਿਲਾਫ ਲੜਦੇ ਆ ਅਸੀਂ ਵੀ ਉਹਨਾਂ ਚੋਂ ਆਉਂਦੇ ਹਾਂ। ਜੇ ਤਾਂ ਇਹੋ ਜਿਹੀ ਲੜਾਈ ਤੁਸੀਂ ਗੈਰ ਕਾਨੂੰਨੀ ਤਰੀਕੇ ਵਾਲੀ ਲੜਾਈ ਕਰਨੀ ਹੈ, ਫਿਰ ਸੜਕਾਂ ਤੇ ਆ ਜਾਓ, ਖੁੱਲੀ ਚੁਣੌਤੀ ਹੈ। ਤੁਹਾਡੇ ਕੰਨ ਪੁੱਟ ਕੇ, ਚੀਕਾਂ ਕਢਾ ਕੇ ਤੁਹਾਨੂੰ ਸਮਝਾਵਾਂਗੇ ਕਿ ਤੁਸੀਂ ਗਲਤ ਕਿਉਂ ਹੈਗੇ ਹੋ। ਤੇ ਇਹ ਸਾਰੀਆਂ ਅੱਜ ਦੀਆਂ ਗੱਲਾਂ ਹੈਗੀਆਂ, ਤੇ ਮੈਂ ਆਸ ਕਰਦਾ ਕਿ ਇਹ ਗੱਲਾਂ ਸਰਕਾਰ ਤੱਕ ਪਹੁੰਚਣਗੀਆਂ। ਨਾਰਾਜ਼ਗੀ ਦੀ ਇਹ ਗੱਲ ਹੈ ਕਿ ਜੇ ਸਰਕਾਰ ਤੱਕ ਪਹੁੰਚਣਗੀਆਂ ਵੀ ਸਰਕਾਰ ਤੋਂ ਕੁਛ ਹੋਣਾ ਨਹੀਂ, ਕਿਉਂਕਿ ਹੁਣ ਸਾਰਾ ਕੰਟਰੋਲ ਅਰਵਿੰਦ ਕੇਜਰੀਵਾਲ ਜੀ ਕੋਲੇ, ਰਾਘਵ ਚੱਡਾ ਜੀ ਕੋਲੇ ਤੇ ਸੰਦੀਪ ਪਾਠਕ ਜੀ ਕੋਲੇ ਹੋ ਗਿਆ। ਸੀਐਮ ਸਾਹਿਬ ਦਾ ਇਕੱਲਾ ਇਕੱਲਾ ਚਪੜਾਸੀ ਪੱਟ ਕੇ ਇਹਨਾਂ ਨੇ ਸੁੱਟਤਾ। ਸੀਐਮ ਸਾਹਿਬ ਇਕੱਲੇ ਰਹਿ ਗਏ ਹੈਗੇ ਆ। ਸੀਐਮ ਸਾਹਿਬ ਕਦੀ ਕਹਿੰਦੇ ਆ ਕਿ ਮੈਂ ਭਾਜਪਾ 'ਚ ਚੱਲ ਜਾਣਾ, ਮੈਂ ਹੋਰ ਕਿਤੇ ਚੱਲ ਜਾਣਾ ਜੇ ਕਿਤੇ ਤੁਸੀਂ ਮੈਨੂੰ ਜਲੀਲ ਕੀਤਾ, ਪਰ ਜਲੀਲ ਤਾਂ ਸੀਐਮ ਸਾਹਿਬ ਹੋ ਚੁੱਕੇ ਆ, ਇਹ ਸਾਰਿਆਂ ਨੂੰ ਪਤਾ। ਤੇ ਮੈਂ ਆਸ ਕਰਦਾ ਕਿ ਹੁਣ ਜਲੀਲ ਹੋਣ ਤੋਂ ਬਾਅਦ ਤੁਸੀਂ ਪੰਜਾਬ ਨਾਲ ਖੜ ਜਾਓ, ਕਿਉਂਕਿ ਦਿੱਲੀ ਨੇ ਤੁਹਾਡੇ ਨਾਲ ਤਾਂ ਖੜਨਾ ਨਹੀਂ। ਹਸਪਤਾਲ ਹੁਣੇ ਜਾ ਕੇ ਆਏ ਹੋ, ਜੇ ਹੁਣੇ ਵੀ ਤੁਹਾਡੇ ਦਿਮਾਗੀ ਤੌਰ 'ਤੇ ਕੋਈ ਘਾਟ ਕਮੀ ਪੇਸ਼ੀ ਹੈਗੀ ਹੈ, ਤੇ ਇੱਥੇ ਸਾਡੇ MP ਹੁੰਦੇ ਹੋਏ ਇੱਕ ਹਸਪਤਾਲ ਸੈਂਕਸ਼ਨ ਹੋਇਆ, ਉਹਨੂੰ ਛੇਤੀ ਬਣਾਉਣ ਦੀ ਕਿਰਪਾਲਤਾ ਕਰੋ, ਉੱਥੇ ਤੁਹਾਡੇ ਦਿਮਾਗ ਦਾ ਵੀ ਇਲਾਜ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ ਅਨਾਜ ਹੁਣ ਮੰਡੀਆਂ 'ਚ ਆਉਣਾ ਹੈ ਉਹਨੂੰ ਚੁੱਕਣ ਵਾਸਤੇ ਬਾਰਦਾਨੇ ਦੀ ਲੋੜ ਹੈ। ਬਾਰਦਾਨੇ ਨਾਲ HDPE PPE ਬੈਗਸ ਬਣਦੇ ਆ, ਬੋਰੀਆਂ ਬਣਦੀਆਂ। ਪੰਜਾਬ ਸਰਕਾਰ ਹਰ ਸਾਲ ਜਿਵੇਂ ਟੈਂਡਰ ਲਾਊਗੀ, ਫੂਡ ਐਂਡ ਸਿਵਲ ਸਪਲਾਈਜ਼ ਮਹਿਕਮਾ ਟੈਂਡਰ ਲਾਉਂਦਾ, ਟੈਂਡਰ ਲੱਗਣਗੇ। ਬਾਰਦਾਨਾ ਬਿਲਕੁਲ ਵੀ ਹੈਗਾ ਨਹੀਂ, ਬਾਰਦਾਨੇ ਦੀ ਘਾਟ ਕਰਕੇ ਇਹਨਾਂ ਤੋਂ ਚੁੱਕੀ ਨਹੀਂ ਜਾਣੀ ਫਸਲ ਬਿਲਕੁਲ ਵੀ। ਸਰਕਾਰ ਦਾ ਇਕੱਲਾ ਇਕੱਲਾ ਮਹਿਕਮਾ ਬਿਲਕੁਲ ਆਰਥਿਕ ਤੌਰ 'ਤੇ ਫੱਟਰ ਹੋਇਆ ਪਿਆ, ਇਹ ਝੂਠ ਮਾਰ ਰਿਹਾ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਇੱਕ ਬਾਈਟ ਦਿੱਤੀ ਸੀਗੀ, ਉਹਨਾਂ ਨੇ ਆਖਿਆ ਸੀਗਾ ਮੈਂ DCਾਂ ਨੂੰ ਹਦਾਇਤ ਕਰਦਾ, ਮੈਂ ਹਰੇਕ ਮਹਿਕਮੇ ਨੂੰ ਹਦਾਇਤ ਕਰਦਾ ਕਿ ਕਿਸਾਨਾਂ ਨੂੰ, ਵਪਾਰੀਆਂ ਨੂੰ, ਆੜ੍ਹਤੀਆਂ ਨੂੰ ਅਤੇ ਪੱਲੇਦਾਰਾਂ ਨੂੰ, ਮਜ਼ਦੂਰਾਂ ਨੂੰ ਕੋਈ ਨੌਬਤ ਨਹੀਂ ਆਉਣੀ ਚਾਹੀਦੀ। ਉਹਨੇ ਤਾਂ ਪਹਿਲਾਂ ਹੀ ਆਪਦਾ ਪੱਲਾ ਝਾੜਤਾ, ਬਾਅਦ 'ਚ ਉਹਨੇ ਕਹਿਣਾ ਕਿ ਮੈਂ ਤਾਂ DCਾਂ ਨੂੰ ਆਖਿਆ ਸੀ, ਮੈਂ ਤਾਂ ਪੱਲੇਦਾਰਾਂ ਨੂੰ ਆਖਿਆ ਸੀ, ਮੈਂ ਤਾਂ ਇਹਨਾਂ ਨੂੰ ਆਖਿਆ ਸੀ। ਅਤੇ ਉਹ ਇੱਥੇ ਤੱਕ ਆ ਕੇ ਡਿੱਗ ਗਈ ਹੈ ਕਿ ਇਹਨਾਂ ਦੇ ਆਲੇ ਦੁਆਲੇ ਲੋਕ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਆਪਾਂ ਇੱਥੇ ਜਾ ਕੇ ਆਹ ਬਿਆਨ ਦੇ ਕੇ ਆ ਜਾਈਏ, ਇਹਦੇ ਨਾਲ ਸਾਰਾ ਕੰਮ ਕਵਰ ਹੋ ਜਾਊਗਾ।
ਇਹ ਸਿਰਫ ਕਵਰ ਅਪ ਆਪਰੇਸ਼ਨਸ ਚਲਾ ਰਹੇ ਆ, ਇਹ ਸੀਰੀਅਸ ਲੋਕ ਨਹੀਂ ਹੈਗੇ। ਬਹੁਤ ਤਬਾਹੀ ਹੋ ਗਈ ਆ। ਮੈਂ ਲੋਕਾਂ ਅੱਗੇ ਬੇਨਤੀ ਕਰਦਾ ਕਿ ਇਸ ਤਬਾਹੀ ਨੂੰ ਰੋਕਣ ਲਈ ਇੱਕ ਲੋਕ ਲਹਿਰ ਖੜੀ ਕਰੋ, ਇਹਦੇ ਨਾਲ ਹੀ ਇਹ ਸਿਸਟਮ ਲੋਟ ਆਉਣਾ। ਇਹ ਉਹ ਪਰਿਵਾਰ ਨੇ ਜਿਹੜੇ ਜਾਗਰੂਕ ਹੈਗੇ ਆ, ਜਿਨ੍ਹਾਂ ਨੂੰ ਸਮਾਜ ਦੇ ਇਕੱਲੇ ਇਕੱਲੇ ਮਸਲੇ ਬਾਰੇ ਜਾਣਕਾਰੀ ਹੈਗੀ ਆ। ਇਹ ਉਹ ਪਰਿਵਾਰ ਨੇ ਜਿਹੜੇ ਪਰਿਵਾਰ ਝੂਠੇ ਲਾਰਿਆਂ ਲੱਪਿਆਂ 'ਤੇ ਡੁੱਲਦੇ ਨਹੀਂ ਹੈਗੇ, ਅਤੇ ਬਹੁਤ ਚੰਗੇ ਪਰਿਵਾਰਾਂ ਦੇ ਸਾਰੇ ਪਰਿਵਾਰ ਅੱਜ ਇਕੱਤਰ ਹੋਏ ਆ। ਜਦੋਂ ਤੁਸੀਂ ਇਸ ਜ਼ਿਲ੍ਹੇ ਦੇ ਸਾਰੇ ਸੀਨੀਅਰ ਪੱਤਰਕਾਰ ਸਾਹਿਬਾਨ ਆਏ ਹੋ, ਜਦੋਂ ਤੁਸੀਂ ਇਹਨਾਂ ਨੂੰ ਦੇਖੋਗੇ, ਤੁਹਾਨੂੰ ਵੀ ਹੈਰਾਨੀ ਹੋਊਗੀ ਕਿ ਇਹ ਸਾਰੇ ਲੋਕ ਅੱਜ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜ ਰਹੇ ਆ। ਤੁਹਾਨੂੰ ਖੁਸ਼ੀ ਵੀ ਹੋਊਗੀ ਕਿਉਂਕਿ ਇਸ ਜਮਾਤ 'ਤੇ, ਇਸ ਜਥੇਬੰਦੀ 'ਤੇ ਕੋਈ ਦਾਗ ਨਹੀਂ ਹੈਗਾ। ਅਸੀਂ ਕਦੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ। ਜੇ ਕਿਤੇ ਆਪਾਂ ਖੜ੍ਹੇ ਵੀ ਹੈਗੇ ਹੈ, ਸੱਚ ਨਾਲ ਖੜ੍ਹੇ ਹੈ, ਕਦੀ ਗਲਤ ਮਸਲੇ 'ਤੇ ਅਸੀਂ ਪੈਰਾ ਨਹੀਂ ਦਿੱਤਾ। ਅਤੇ ਉਵੇਂ ਇਹਨਾਂ ਸਾਰਿਆਂ ਦੇ ਮਸਲੇ ਹੈਗੇ ਹੈ, ਗੁਰੂ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ, ਅਸੀਂ ਇਹਨਾਂ ਨਾਲ ਖੜ੍ਹੇ ਸੀਗੇ, ਹਰ ਮਸਲੇ 'ਤੇ ਇਹਨਾਂ ਨਾਲ ਕੰਮ ਕੀਤਾ। ਇਹਨਾਂ ਨੂੰ ਪਾਰਟੀ ਦਾ ਕੰਮ ਪਸੰਦ ਆਇਆ ਅਤੇ ਅੱਜ ਇਹ ਸਾਰੇ ਪਰਿਵਾਰ ਪਾਰਟੀ 'ਚ ਸ਼ਾਮਿਲ ਹੋ ਰਹੇ ਹਾਂ। 50 ਕੁ ਪਰਿਵਾਰ ਹੈਗੇ ਆ ਐਂਡ ਸਾਰੇ ਮੋਤਵਾਰ ਪਰਿਵਾਰ ਹੈਗੇ ਆ, ਵੱਡੇ ਚੰਗੇ। ਦੇਖੋ ਜਿਹੜੀ ਇਹ ਇਲੈਕਸ਼ਨ ਹੈ, ਮੈਂ ਤੁਹਾਨੂੰ ਦੱਸਿਆ ਇਹ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਫੋਟੋ ਲਾਉਂਦੇ ਆ ਉਹਦੀ ਤਹੀਨ ਹੈ ਇਹ ਇਲੈਕਸ਼ਨ। ਇੱਕ ਪਾਸੇ ਇਹਨਾਂ ਦੀ ਕਹਿਣੀ ਅਤੇ ਕਰਨੀ 'ਚ ਬਹੁਤ ਜ਼ਿਆਦਾ ਫਰਕ ਹੈ। ਇਹ ਸਟੇਟਮੈਂਟਾਂ ਦਿੰਦੇ ਆ, ਲੋਕਾਂ ਨੂੰ ਭਾਵੁਕ ਕਰਦੇ ਆ, ਲੋਕ ਸੋਚਦੇ ਆ ਕਿ ਯਾਰ ਇਹ ਤਾਂ ਬੰਦੇ ਹੀ ਸਾਡੇ ਵਰਗੇ ਆ। ਜਦੋਂ ਕਰਨੀ 'ਤੇ ਉਤਰਦੀ ਹੈ ਗੱਲ, ਇਹ ਸਾਰਾ ਕੰਮ ਉਲਟ ਕਰਦੇ ਆ। ਹੁਣ ਜਿਹੜਾ ਇਹ ਇਲੈਕਸ਼ਨ ਹੋਇਆ, ਇੱਥੇ ਇਕੱਲੇ ਇਕੱਲੇ ਪਿੰਡ ਦਾ ਕਿ ਕਿੱਥੋਂ ਕੋਈ ਰੰਗਰੇਟੇ ਪਰਿਵਾਰ 'ਚੋਂ ਇਲੈਕਸ਼ਨ ਲੜੂਗਾ, ਕਿੱਥੋਂ ਕੋਈ ਬੀਬੀ ਜੀ ਇਲੈਕਸ਼ਨ ਲੜਨਗੇ, ਕਿੱਥੋਂ ਕੋਈ ਜਨਰਲ ਕੈਟੇਗਰੀ 'ਚੋਂ ਲੜੂਗਾ, ਇਹ ਕਿਹਨੇ ਤੈਅ ਕੀਤਾ? ਇਹ ਮਹਿਲ ਕਲਾਂ 'ਚ ਕੁਲਵੰਤ ਸਿੰਘ ਪੰਡੋਰੀ ਨੇ ਤੈਅ ਕੀਤਾ, ਭਦੌੜ 'ਚ ਉਹ ਜਿਹੜਾ ਨਿਕੰਮਾ ਘੁੰਮੇ ਫਿਰਦਾ ਇੱਥੇ ਲਾਭ ਗੋਕੇ ਨੇ ਤੈਅ ਕੀਤਾ, ਅਤੇ ਬਰਨਾਲੇ 'ਚ ਮੀਂਹ ਥੇੜ ਨੇ ਤੈਅ ਕੀਤਾ। ਸੋ ਇਹ ਫਰੀ ਐਂਡ ਫੇਅਰ ਇਲੈਕਸ਼ਨ ਤਾਂ ਹੈਗੀ ਨਹੀਂ। ਜਦੋਂ ਤੁਹਾਡੇ ਪਿਓ ਦਾ ਰਾਜ ਹੋਵੇ ਅਤੇ ਤੁਸੀਂ ਇਹ ਮਹਿਸੂਸ ਕਰਦੇ ਹੋਵੋ ਕਿ ਬਈ ਇਹ ਸਾਡੀ ਇਲੈਕਸ਼ਨ ਸਾਡੀ ਜਗੀਰਦਾਰੀ ਹੈ, ਅਤੇ ਫਿਰ ਇਹ ਤਾਂ ਇਸ ਇਲੈਕਸ਼ਨ ਦੀ ਨੀਂਹ ਸਾਰੀ ਗੈਰ ਕਾਨੂੰਨੀ ਹੈ, ਅਸੀਂ ਸਾਰਾ ਲਿਖ ਕੇ ਭੇਜ ਰਹੇ ਹਾਂ, ਅਸਲ 'ਚ ਇਹਨਾਂ ਨੇ ਚਲਾਕੀ ਖੇਡੀ ਆ, ਅਸੀਂ ਫਸੇ ਹੋਏ। ਹੁਣ ਹਾਈਕੋਰਟ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ, ਇਹਨਾਂ ਨੇ ਅੱਜ ਜਾ ਕੇ ਜੱਗ ਜ਼ਾਹਿਰ ਕੀਤਾ ਹੈ ਕਿ ਕਿੰਨਾ ਕਿੰਨਾ ਦੇ ਪੇਪਰ ਦਰਜ ਹੋ ਗਏ ਆ, ਕਿੰਨਾ ਕਿੰਨਾ ਦੇ ਖਾਰਜ ਹੋ ਗਏ। ਕਾਰਨ ਵੀ ਨਹੀਂ ਦੱਸੇ ਉਹਨਾਂ ਨੂੰ, ਜਿਨ੍ਹਾਂ ਦੇ ਖਾਰਜ ਹੋਏ ਆ ਉਹਨਾਂ ਨੂੰ ਆਪ ਦੇ ਹੀ ਪੇਪਰਾਂ ਦੀ ਕਾਪੀ ਵੀ ਨਹੀਂ ਫੜਾ ਰਹੇ ਰਿਟਰਨਿੰਗ ਆਫਿਸਰ, ਕਿ ਜੇ ਇਹਨਾਂ ਨੂੰ ਕਾਪੀ ਮਿਲ ਗਈ ਉਸ ਕਾਪੀ ਦੇ ਆਧਾਰ 'ਤੇ ਉਹ ਹਾਈਕੋਰਟ 'ਚ ਕੇਸ ਲਾ ਦੇਣਗੇ। ਜਦੋਂ ਤੱਕ ਉਹਨਾਂ ਨੂੰ ਕਾਪੀਆਂ ਮੁਹੱਈਆ ਕਰਨਗੇ ਤਦ ਤੱਕ ਹਾਈਕੋਰਟ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਸੋ ਇਹੋ ਜਿਹੀ ਚਲਾਕੀ ਅਤੇ ਗੰਦੀ ਨੀਅਤ ਨਾਲ ਇਹ ਸਰਕਾਰ ਤੁਰੀ ਹੋਈ ਆ। ਪਰ ਮੈਂ ਡੀਸੀ ਸਾਹਿਬਾਨਾਂ ਨੂੰ, ਰਿਟਰਨਿੰਗ ਆਫਿਸਰ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਹਦਾ ਪੂਰਾ ਕੇਸ ਤਿਆਰ ਕਰਕੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਭੇਜ ਰਹੇ ਹਾਂ, ਸੈਂਟਰ ਦੇ ਹੋਮ ਮਿਨਿਸਟਰ ਨੂੰ ਵੀ ਭੇਜ ਰਹੇ ਹਾਂ, ਅਤੇ ਹਾਈਕੋਰਟ 'ਚ ਵੀ ਪਾ ਰਹੇ ਹਾਂ। ਰਗੜ ਕੇ ਰੱਖਾਂਗੇ ਕਾਨੂੰਨ ਤਰੀਕੇ ਨਾਲ,
ਦੇਖ ਲਿਓ, ਬਹੁਤ ਵੱਡਾ ਤੁਹਾਡਾ ਨੁਕਸਾਨ ਹੋਊਗਾ, ਖਾਸ ਕਰ ਉਹਨਾਂ ਅਫਸਰਾਂ ਦਾ ਜਿਨ੍ਹਾਂ ਦੇ 10-10 15-15 ਸਾਲ ਸਰਵਿਸ ਪਈ ਹੈ, ਜਿਹੜੇ ਤਾਂ ਤਹਿਸੀਲਦਾਰ ਜਾ ਕੇ ਡੀਸੀ ਲੱਗ ਗਏ ਹੈ, ਉਹਨਾਂ ਦੀ ਸਰਵਿਸ ਹੁਣ ਖਤਮ ਹੋਣ ਵਾਲੀ ਹੈ। ਠੀਕ ਹੈ, ਉਹ ਬੇਪਰਵਾਹੀ ਨਾਲ ਸਰਕਾਰ ਦੇ ਉਲਟੇ ਸਿੱਧੇ ਕੰਮ ਕਰ ਰਹੇ ਹੈ। ਕਰਨ ਦੋ, ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ, ਕਾਨੂੰਨ ਚੋਂ ਕੋਈ ਨਹੀਂ ਬਚ ਕੇ ਜਾ ਸਕੂਗਾ, ਇਕੱਲੇ ਇਕੱਲੇ ਬੰਦੇ ਦੇ ਮਗਰ ਪਵਾਂਗੇ ਜਿਵੇਂ ਚਿੱਚੜ ਪੈਂਦੇ। ਪਿਛਲੇ ਕੁਝ ਸਮੇਂ ਤੋਂ ਤੁਹਾਡੀਆਂ ਸਰਗਰਮੀਆਂ ਦੇ ਵਿੱਚ ਵਾਧਾ ਹੋਇਆ, ਬਰਨਾਲਾ ਖੇਤਰ 'ਚ ਜਿੰਨੀ ਚੋਣ ਦੀਆਂ ਤਿਆਰੀਆਂ ਵੀ ਦੇਖਿਆ ਜਾ ਰਹੀਆਂ, ਵੱਖ ਵੱਖ ਜ਼ਿਲ੍ਹਿਆਂ ਦੀਆਂ ਜਿੱਤੀਆਂ, ਇਸ ਤਰ੍ਹਾਂ ਤੁਹਾਡੀਆਂ ਸਰਗਰਮੀਆਂ ਦੇ ਵਾਧਾ ਤੁਹਾਡੀਆਂ ਉਦੇਸ਼ਾਂ ਦੀਆਂ ਰਾਜਨੀਤੀਆਂ ਤੁਹਾਡੀ ਚਰਚਾ ਹੋ ਰਹੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ MP ਚੋਣ ਹਾਰਨ ਦਾ ਬਹੁਤ ਮਾੜਾ ਅਸਰ ਸਾਰੀ ਪਾਰਟੀ 'ਤੇ ਪਿਆ, ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੋਇਆ। ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਾਂ, ਕਿਉਂਕਿ ਪ੍ਰਧਾਨ ਸਾਹਿਬ ਨੂੰ, ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਹ ਚੋਣ ਨਹੀਂ ਸੀ ਹਾਰਨੀ ਚਾਹੀਦੀ। ਇਸ ਦੁੱਖ ਵਜੋਂ ਆਪਾਂ ਇਹ ਸਮਝਦੇ ਹਾਂ ਕਿ ਸਹੀ ਟਾਈਮ 'ਤੇ ਅਸੀਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਸਾਂਭ ਕੇ ਪਾਰਟੀ ਦੇ ਇਕੱਲੇ ਇਕੱਲੇ ਜਥੇਦਾਰ ਸਾਹਿਬਾਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਿਲ ਕੇ ਪਾਰਟੀ ਦੀ ਸਾਰੀ ਟੀਮ ਨਾਲ ਸਲਾਹ ਕਰਕੇ ਪਤਾ ਲੈ ਕੇ ਕਿ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਪਿਛਲੀ ਇਲੈਕਸ਼ਨ 'ਚ ਕਰਨਾ ਪਿਆ ਸੀਗਾ, ਕੀ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਉਹਨਾਂ ਦੇ ਇਲਾਕੇ ਵਾਸਤੇ ਹੋਰ ਕੀ ਅਸੀਂ ਰਲ ਮਿਲ ਕੇ ਕਰ ਸਕਦੇ ਹਾਂ ਜਿਹਦੇ ਨਾਲ ਉਹ ਇਲਾਕਾ ਪਾਰਟੀ ਨਾਲ ਵੱਡੇ ਪੱਧਰ 'ਤੇ ਜੁੜ ਸਕੇ। ਇਹਨਾਂ ਚੀਜ਼ਾਂ 'ਤੇ ਕੰਮ ਚੱਲ ਰਿਹਾ, ਅਸੀਂ ਸਾਰੇ ਸਰਗਰਮ ਹੈਗੇ ਹਾਂ, ਬਹੁਤ ਜ਼ੋਰ ਲੱਗਿਆ ਹੋਇਆ। ਆਸ ਕਰਦੇ ਹਾਂ ਕਿ ਇਹ ਜਿਹੜਾ ਜ਼ੋਰ ਹੈ ਇੱਕ ਲੋਕ ਲਹਿਰ 'ਚ ਤਬਦੀਲ ਹੋਵੇ, ਲੋਕ ਆਪ ਉੱਠਣ। ਲੋਕਾਂ ਨੂੰ ਸਾਰੀ ਗੱਲ ਦਾ ਪਤਾ, ਲੋਕਾਂ ਨੂੰ ਇਹ ਵੀ ਪਤਾ ਕਿ ਜਦੋਂ MP ਹੁੰਦੇ ਹੋਏ, ਹੁਣ MP ਤੋਂ ਬਾਅਦ ਤੁਸੀਂ ਸੀਨੀਅਰ ਪੱਤਰਕਾਰ ਹੋ, ਸੱਚੀ ਗੱਲ ਮੈਨੂੰ ਦੱਸਿਓ, ਹਰ ਰੋਜ਼ 4-4 ਚੋਰੀਆਂ ਦੀ ਸ਼ਿਕਾਇਤ ਸੁਣਨ ਨੂੰ ਮਿਲਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਕੋਈ ਬਹੁਤ ਤਕੜਾ ਕੋਈ ਬਲਬੂਤਾ ਹੈਗਾ, ਪਰ MP ਹੁੰਦੇ ਹੋਏ ਬਹੁਤ ਘੱਟ ਸੁਣਨ ਨੂੰ ਮਿਲਦਾ ਸੀਗਾ ਕਿ ਅੱਜ ਇੱਥੇ ਚੋਰੀ ਹੋ ਗਈ, ਅੱਜ ਇੱਕੋ ਰਾਤ 'ਚ 4 ਚੋਰੀਆਂ ਹੋ ਗਈਆਂ। ਜਦੋਂ ਚੋਰ ਫੜਿਆ ਜਾਂਦਾ ਅਤੇ ਜਦੋਂ ਚੋਰ ਥਾਣੇ 'ਤੇ ਲੈ ਕੇ ਜਾਇਆ ਜਾਂਦਾ, ਥਾਣੇਦਾਰ ਆਖਦਾ ਕਿ ਤੂੰ 70,000 ਰੁਪਈਆ ਦੇ ਦੇ, 70,000 ਵਿੱਚੋਂ 30,000 ਰੁਪਈਆ ਥਾਣੇਦਾਰ ਜਿਹਨੇ ਸ਼ਿਕਾਇਤ ਕੀਤੀ ਹੁੰਦੀ ਹੈ ਸ਼ਿਕਾਇਤਕਰਤਾ ਨੂੰ ਫੜਾ ਦਿੰਦਾ, ਕਹਿ ਦਿੰਦਾ ਹੁਣ ਤੁਸੀਂ ਰਾਜ਼ੀਨਾਮਾ ਕਰ ਲਓ। ਰਾਜ਼ੀਨਾਮਾ ਕਰਕੇ ਪੈਸਾ ਇਕੱਠਾ ਕਰਕੇ ਉਹ ਇੱਥੇ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੈਸੇ ਦੇਈ ਜਾ ਰਹੇ ਹੈ। ਹਰ ਮਹੀਨੇ, ਹਰ ਹਫ਼ਤੇ, ਮਹੀਨਾ ਅਤੇ ਹਫ਼ਤੇ ਦਾ ਸਿਸਟਮ ਚੱਲ ਰਿਹਾ। ਤਪੇ ਭਦੌੜ 'ਚ ਜੂਏ ਦੇ ਖਿਡਾਰੀ ਪੂਰੇ ਕਾਇਮ ਹੋ ਰਹੇ ਹੈ, ਉੱਥੇ ਜੂਆ ਸ਼ੁਰੂ ਹੋ ਗਿਆ। ਇੱਥੇ ਮੈਂ ਬਸ ਤੁਹਾਨੂੰ ਇੰਨਾ ਵਿਸ਼ਵਾਸ ਦਵਾਉਂਦਾ ਕਿ ਸਾਡੀ ਸਾਰੀ ਪਾਰਟੀ, ਅਕਾਲੀ ਦਲ ਅੰਮ੍ਰਿਤਸਰ ਦੀ ਸਾਰੀ ਟੀਮ ਹੁਣ ਬਹੁਤ ਛੇਤੀ ਇੱਥੇ ਤੁਹਾਨੂੰ ਇਕੱਲੀ ਇਕੱਲੀ ਗਲੀ 'ਚ ਨਜ਼ਰ ਆਉਣੀ ਸ਼ੁਰੂ ਹੋਊਗੀ। ਅਸੀਂ ਬਰਨਾਲਾ ਹਲਕਾ ਇੱਕ ਛਿਉਣੀ 'ਚ ਤਬਦੀਲ ਕਰ ਦੇਣਾ। ਅਸੀਂ ਇੱਥੇ ਕੋਈ ਗਲਤ ਕੰਮ ਹੋਣ ਨਹੀਂ ਦੇਣਾ, ਅਸੀਂ ਕਿਸੇ ਆਪਦੀ ਮਾਂ ਭੈਣ ਦੀ ਬਾਲੀ ਲੁੱਟਣ ਨਹੀਂ ਦੇਣੀ, ਅਸੀਂ ਕਿਸੇ ਦਾ ਅੰਗੂਠਾ ਵੱਢਣ ਨਹੀਂ ਦੇਣਾ ਕਿ ਅੰਗੂਠੀ ਖੋ ਕੇ ਬੰਦਾ ਲੈ ਜੇ, ਅਸੀਂ ਮੋਟਰਸਾਈਕਲ ਦੀ ਚੋਰੀ ਹੋਣ ਦੇਣੇ, ਅਸੀਂ ਵਪਾਰੀਆਂ ਦੀ ਰਾਖੀ ਕਰਾਂਗੇ। ਸਾਰਾ ਸ਼ਹਿਰ ਆਪਾਂ ਛਿਉਣੀ 'ਚ ਤਬਦੀਲ ਕਰ ਦੇਣਾ ਬਹੁਤ ਛੇਤੀ। ਤੁਹਾਨੂੰ ਸਾਰਿਆਂ ਨੂੰ ਆਪ ਮਹਿਸੂਸ ਹੋਊਗਾ ਕਿ ਕ੍ਰਾਈਮ ਕਿੰਨਾ ਘੱਟ ਗਿਆ। ਬਿਲਕੁਲ ਜੀ, ਇੱਥੇ ਹੁਣ ਪਾਰਟੀ ਨੇ
ਬਰਨਾਲਾ, ਸੰਗਰੂਰ ਤੇ ਮਲੇਰਕੋਟਲਾ ਆਹ ਤਿੰਨ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਅਮਰਗੜ੍ਹ ਦੀ ਚੋਣ ਤੋਂ ਬਾਅਦ 2022 ਦੀ ਵਿਧਾਨ ਸਭਾ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਸੌਂਪੀ ਸੀਗੀ ਜ਼ਿੰਮੇਵਾਰੀ ਕਿ ਆਹ ਤਿੰਨ ਜ਼ਿਲ੍ਹੇ ਤੁਸੀਂ ਤਿਆਰ ਕਰਨੇ ਆ ਜਥੇਬੰਦਕ ਤੌਰ 'ਤੇ, ਅਤੇ ਉਦੋਂ ਦੇ ਅਸੀਂ ਇਸ ਇਲਾਕੇ 'ਚ ਵਿਚਰ ਰਹੇ ਹਾਂ, ਸੰਗਰੂਰ 'ਚ ਵੀ। ਅੱਜ ਮੈਂ ਭੋਗ 'ਤੇ ਜਾ ਕੇ ਆਇਆ ਖੁਰਦ ਪਿੰਡ 'ਚ ਮਲੇਰਕੋਟਲੇ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਲ੍ਹਾ ਹਕੀਮਾ ਪਿੰਡ ਜਾਣਾ, ਉੱਥੇ ਇੱਕ ਟੂਰਨਾਮੈਂਟ ਚੱਲ ਰਿਹਾ। ਸੋ ਇਹ ਸਾਰਾ ਇਲਾਕਾ ਜਥੇਬੰਦਕ ਤੌਰ 'ਤੇ ਪਾਰਟੀ ਪੱਧਰ 'ਤੇ ਸਾਡੇ ਸਾਰਿਆਂ ਦੇ ਅਧੀਨ ਆਉਂਦਾ, ਅਤੇ ਇਹਦੀ ਸਾਂਭ ਰੇਖ ਕਰਨੀ ਸਾਡੀ ਨੈਤਿਕ ਵੀ ਅਤੇ ਧਾਰਮਿਕ ਵੀ ਅਤੇ ਸਿਆਸੀ ਜ਼ਿੰਮੇਵਾਰੀ ਬਣਦੀ ਹੈ।